ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਤੁਹਾਡੇ ਨਾਲ ਬੰਦ ਗੋਭੀ ਦੀ ਰੈਸਪੀ ਸ਼ੇਅਰ ਕਰਨ ਲੱਗੇ ਹਾਂ, ਜਿਹਦੇ ਲਈ ਆਪਾਂ ਨੇ ਇੱਕ ਫੁੱਲ ਬੰਦ ਗੋਭੀ ਲਿਆ, ਇੱਕ ਆਲੂ, ਪਿਆਜ਼, ਹਰੀ ਮਿਰਚ, ਟਮਾਟਰ, ਅਦਰਕ, ਲਸਣ। ਆਪਾਂ ਪੈਨ ਹੈ ਜਿਹੜਾ ਗੈਸ ਦੇ ਉੱਪਰ ਰੱਖ ਲਿਆ। ਸਭ ਤੋਂ ਪਹਿਲਾਂ ਆਪਾਂ ਤੇਲ ਪਾਇਆ, ਜਿਵੇਂ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ, ਫਿਰ ਪਾਵਾਂਗੇ ਲਸਣ, ਪਿਆਜ਼, ਅਦਰਕ। ਆਪਣਾ ਜਿਹੜਾ ਪਿਆਜ਼ ਹੈ ਉਹ ਹਲਕਾ ਬਰਾਊਨ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ। ਜਿਹੜਾ ਤੜਕਾ ਉਹ ਭੁੰਨ ਕੇ ਤਿਆਰ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ, ਥੋੜ੍ਹਾ ਜਿਹਾ ਗਰਮ ਮਸਾਲਾ, ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬੰਦ ਗੋਭੀ, ਜਿਹੜੇ ਆਲੂ ਅਤੇ ਆਪਣੇ ਹਰੇ ਮਟਰ ਨੇ ਉਹ ਐਡ ਕਰਾਂਗੇ। ਫਿਰ ਆਪਾਂ ਚੰਗੀ ਤਰ੍ਹਾਂ ਆਪਣੀ ਸਬਜ਼ੀ ਨੂੰ ਜਿਹੜਾ ਮਿਕਸ ਕਰ ਦਾਂਗੇ। ਲਓ ਜੀ, ਹੁਣ ਆਪਾਂ ਢੱਕਣ ਲਾ ਕੇ ਇਹਨੂੰ ਲੋਅ ਫਲੇਮ 'ਤੇ ਰੱਖ ਦਾਂਗੇ। ਲਓ ਜੀ ਆਪਣੀ ਸਬਜ਼ੀ ਦੀ ਲੁੱਕ, ਲਓ ਜੀ ਆਪਣੀ ਸਬਜ਼ੀ ਬਣ ਗਈ ਹੈ। ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਲੱਗੀ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਜਿਹੜੇ ਵਿਊਵਰਸ ਅਜੇ ਮੈਨੂੰ ਵਿਊ ਦੇ ਰਹੇ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ।